ਸਵਾਗਤ ਹੈ ਜੀ ਤੁਹਾਡਾ ਪੰਜਾਬੀ ਸਾਹਿਤਕ ਸਰਗਰਮੀਆਂ YouTube ਚੈਨਲ ਉੱਪਰ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਅਪਲੋਡ ਹੋਣ ਵਾਲੀ ਹਰ ਇੱਕ ਵੀਡੀਓ ਡਾਇਰੈਕਟ ਤੁਹਾਡੇ ਤੱਕ ਪਹੁੰਚ ਸਕੇ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ UGC NET ਮਾਸਟਰ ਡਿਗਰੀ ਦੀ ਤਿਆਰੀ ਕਰਦੇ ਹੋ ਅਤੇ ਨਾਲ ਨਾਲ ਪੰਜਾਬੀ ਸਾਹਿਤ ਨਾਲ ਜੁੜੀਆਂ ਹੋਈਆਂ ਸਰਗਰਮੀਆਂ ਜਾਂ ਨਵੀਆਂ ਅਪਡੇਟ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤਾਂ ਅੱਜ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਕਰ ਰਿਹਾ ਹਾਂ ਉਹ ਹੈ ਜੀ ਮਨਮੋਹਨ 바ਵਾ ਦਾ ਰਚਨਾ ਸੰਸਾਰ ਅੱਜ ਮਨਮੋਹਨ 바ਵਾ ਦੀਆਂ ਰਚਨਾਵਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਤੇ ਕਾਫੀ ਜਿਹੜਾ ਹੈ ਵੱਖ-ਵੱਖ ਪਾਠ ਕਰਮਾਂ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਨੂੰ ਰਚਨਾਵਾਂ ਲੱਗੀਆਂ ਹੋਈਆਂ ਨੇ ਤਾਂ ਇਹਨਾਂ ਨੂੰ ਵੀ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਇਹ ਵੀ ਜਿਹੜਾ ਹੈ ਇਹ ਕਿਸੇ ਜਾਣ ਪਛਾਣ ਦੇ ਮਹਤਾਜ ਵੀ ਨਹੀਂ ਹੈ ਤਾਂ ਇਹਨਾਂ ਬਾਰੇ ਜ਼ਰੂਰ ਜਿਹੜਾ ਹੈ ਕੋਈ ਨਾ ਕੋਈ ਆਪਾਂ ਨੂੰ ਸਵਾਲ ਪੁੱਛਿਆ ਜਾ ਸਕਦਾ ਹੈ ਤਾਂ ਇਹਨਾਂ ਬਾਰੇ ਦੱਸ ਦੇਵਾਂ ਮੈਂ ਥੋੜਾ ਪਹਿਲਾਂ ਤੁਹਾਨੂੰ ਤਾਂ ਇਹ ਮਨਮੋਨ ਬਾਬਾ ਜੀ ਦਾ ਜਨਮ ਜਿਹੜਾ ਹੈ 18 ਅਗਸਤ 1932 ਨੂੰ ਪਿੰਡ ਵੈਰੋਵਾਲ ਬਾਵਿਆਂ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੋਇਆ ਐਮਏ ਹਿਸਟਰੀ ਕੀਤੀ ਹੋਈ ਹੈ ਫਾਈਨ ਆਰਟਸ ਵਿੱਚ ਡਿਪਲੋਮਾ ਇਹਨਾਂ ਦਾ ਅ ਅਤੇ ਇਹਨਾਂ ਦੀ ਜਿਹੜੀ ਹੈ ਜੀਵਨ ਸ਼ੈਲੀ ਇਸ ਤਰ੍ਹਾਂ ਦੀ ਹੈ ਕਿ ਇਹ ਕਹਾਣੀਕਾਰ ਨੇ ਨਾਵਲ ਲੇਖਕ ਦੇ ਨਾਲ ਨਾਲ ਇਹ ਮੂਲ ਤੌਰ ਤੇ ਇਹ ਚਿੱਤਰਕਾਰ ਵੀ ਨੇ ਆ ਪਾ ਇਹਨਾਂ ਨੂੰ ਚਿੱਤਰਕਾਰੀ ਦਾ ਸ਼ੌਂਕ ਹੈ ਔਰ ਇਹਨਾਂ ਦੇ ਕਾਫੀ ਸਾਰੇ ਜਿਹੜੇ ਆ ਚਿੱਤਰ ਆਪਾਂ ਨੂੰ ਮਿਲਦੇ ਨੇ ਇਹਨਾਂ ਦੀਆਂ ਪੇਂਟਿੰਗ ਦੇਖਣ ਨੂੰ ਮਿਲਦੀਆਂ ਨੇ ਤਾਂ ਇਹ ਕਮਕੜ ਵੀ ਹਨ ਪਰਬਤ ਸਲਾਨੀ ਵੀ ਨੇ ਪ੍ਰਵਾਸ਼ੇਸ਼ ਵੀ ਨੇ ਇਤਿਹਾਸ ਦਾ ਸ਼ੌਂਕ ਰੱਖਦੇ ਨੇ ਅਤੇ ਨਾਲ ਇੱਕ ਰੋਚਕ ਗੱਲ ਇਹ ਹੈ ਕਿ ਆਦਿਵਾਸੀਆਂ ਦੇ ਜੀਵਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਦੇ ਵਿੱਚ ਖਾਸ ਜਿਹੜੀ ਇਹ ਰੁਚੀ ਰੱਖਦੇ ਨੇ ਤਾਂ ਇਹਨਾਂ ਦੇ ਜੀਵਨ ਦੀ ਜੇਕਰ ਗੱਲ ਕਰਨੀ ਹੋਵੇ ਤਾਂ ਇਹਨਾਂ ਦਾ ਜੀਵਨ ਕਾਫੀ ਜਿਹੜਾ ਹੈ ਸ਼ੁਰੂ ਦੇ ਵਿੱਚ ਕਾਫੀ ਸੰਘਰਸ਼ ਭਰਿਆ ਰਿਹਾ ਹੈ ਤਾਂ ਇਹ ਇੱਕ ਥਾਂ ਆਪਣੀ ਜਿਹੜੀ ਹੈ ਸਾਇਤਿਕ ਸਵੈ ਜੀਵਨੀ ਇਹਨਾਂ ਨੇ ਲਿਖੀ ਹੋਈ ਹੈ ਉਸ ਦੇ ਵਿੱਚ ਲਿਖਦੇ ਨੇ ਕਿ ਇਹਨਾਂ ਕੋਈ ਸਮਾਂ ਸੀ ਕਿ ਉਸ ਸਮੇਂ ਇਹਨਾਂ ਕੋਲ ਆਪਣੇ ਖਾਣ ਪੀਣ ਦੇ ਲਈ ਅਤੇ ਫੀਸ ਸਕੂਲ ਦੀ ਜਿਹੜੀ ਫੀਸ ਹੈ ਉਸ ਨੂੰ ਭਰਨ ਦੇ ਲਈ ਸ਼ਾਮੀ 4 ਵਜੇ ਤੋਂ ਲੈ ਕੇ 10-11 ਵਜੇ ਤੱਕ ਇਹ ਪੈਂਟਰਾਂ ਦੀਆਂ ਦੁਕਾਨਾਂ ਤੇ ਸਾਈਨ ਬੋਰਡ ਲਿਖਦੇ ਸਨ ਅਤੇ ਸਿਨੇਮੇ ਦੇ ਲਈ ਬੈਨਰ ਤਾਂ ਬੈਨਰਾਂ ਦੇ ਉੱਪਰ ਜਿਹੜੀਆਂ ਜਿਹੜੇ ਹੀਰੋ ਨੇ ਜਾਂ ਹੀਰੋਇਨ ਨੇ ਉਹਨਾਂ ਦੀਆਂ ਤਸਵੀਰਾਂ ਵੀ ਬਣਾਉਂਦੇ ਸਨ ਤਾਂ ਇਹਨਾਂ ਦਾ ਜੀਵਨ ਜਿਹੜਾ ਹੈ ਕਾਫੀ ਸੰਘਰਸ਼ ਭਰਿਆ ਰਿਹਾ ਹੈ ਤਾਂ ਚਿੱਤਰਕਾਰ ਦੇ ਖੇਤਰ ਵਿੱਚ ਵੀ ਇਹਨਾਂ ਦਾ ਕਾਫੀ ਨਾਮ ਹੈ ਤਾਂ ਇਹਨਾਂ ਦੀਆਂ ਕੁਝ ਨਮੂਨੇ ਵਜੋਂ ਦੋ ਤਸਵੀਰਾਂ ਜਿਹੜੀਆਂ ਜਾਂ ਚਿੱਤਰ ਜਿਹੜੇ ਪੇਂਟਿੰਗ ਇਹਨਾਂ ਦੀਆਂ ਬਣਾਈਆਂ ਹੋਈਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਇੱਕ ਇਹ ਵਾਲੀ ਪੇਂਟਿੰਗ ਹੈ ਇਨਾਂ ਦੇ ਦੁਆਰਾ ਮਨਮੋਹਣ ਬਾਬਾ ਜੀ ਦੁਆਰਾ ਬਣਾਈ ਗਈ ਸੀ ਤੇ ਤਕਰੀਬਨ ਇਹ ਜਿਹੜੀ ਹੈ 1948-49 ਦੇ ਵਿੱਚ ਇਹ ਪੇਂਟਿੰਗ ਬਣਾਈ ਗਈ ਸੀ ਤੇ ਇਹ ਪੇਂਟਿੰਗ ਜਿਹੜੀ ਹੈ 30 ਹਜ਼ਾਰੀ ਦਿੱਲੀ ਦੇ ਰੈਫਿਊਜੀ ਕੈਂਪ ਦੀ ਪੇਂਟਿੰਗ ਹੈ ਤਾਂ ਇੱਕ ਹੋਰ ਪੇਂਟਿੰਗ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਇਹ ਵੀ ਮਨਮੋਹਣ ਬਾਬਾ ਜੀ ਦੀ ਬਣਾਈ ਹੋਈ ਪੇਂਟਿੰਗ ਹੈ ਜਿਹੜੀ ਤਕਰੀਬਨ ਸਨ 1968-69 ਦੇ ਦਰਮਿਆਨ ਬਣਾਈ ਗਈ ਸੀ ਤੇ ਇਹ ਪੇਂਟਿੰਗ ਹੋਜ ਖਾਸ ਮੋਨਮੈਂਟ ਦੀ ਹੈ ਤਾਂ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਦੀ ਗੱਲ ਕਰਾਂਗੇ ਇਹਨਾਂ ਦੀਆਂ ਰਚਨਾਵਾਂ ਦੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹਨਾਂ ਦੇ ਕਹਾਣੀ ਸਗਰਾਂ ਬਾਰੇ ਤਾਂ ਕਹਾਣੀ ਸਗਰਾਂ ਇਹਨਾਂ ਦੇ ਨੇ ਇੱਕ ਰਾਤ ਚਿੱਟੇ ਘੋੜੇ ਦਾ ਸਵਾਰ ਇਹ ਤੁਸੀਂ ਪ੍ਰਕਾਸ਼ਨ ਵੀ ਦੇਖ ਸਕਦੇ ਹੋ ਜਿਨ੍ਹਾਂ ਵੱਲੋਂ ਇਹ ਪ੍ਰਕਾਸ਼ਿਤ ਕੀਤੀਆਂ ਗਈਆਂ ਆजात ਆजात ਸੁੰਦਰੀ ਨਰਬਲੀ ਕਾਲਾ ਕਬੂਤਰ ਜੋ ਕਿ ਕਾਫੀ ਫੇਮਸ ਹੈ ਇਹਨਾਂ ਦਾ ਕਹਾਣੀ ਸਗਰੇ ਤੇ ਲੰਮੀਆਂ ਕਹਾਣੀਆਂ ਖਾਨਾ ਬਦੋਸ਼ ਬੇਗਮ ਇਹ ਲੇਟੈਸਟ ਹੈ ਖਾਨਾ ਬਦੋਸ਼ ਬੇਗਮ ਇਸ ਤੋਂ ਇਲਾਵਾ ਇਹਨਾਂ ਦੇ ਨਾਵਲ ਨੇ ਤਾਂ ਨਾਵਲ ਦੇ ਵਿੱਚ ਗੱਲ ਕਰਦੇ ਹਾਂ ਯੁੱਧਨਾਦ ਇਹਨਾਂ ਦਾ ਨਾਵਲ ਜਿਹੜਾ ਹੈ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ ਤੇ ਯੁੱਧਨਾਦ ਦੇ ਜੇਕਰ ਵਿਸ਼ੇ ਦੀ ਗੱਲ ਕਰੀਏ ਆਪਾਂ ਤਾਂ ਵਿਸ਼ਾ ਜਿਹੜਾ ਇਹਦਾ ਹੈ ਸੰਨ 2 ਜਿਹੜਾ ਹੈ 323 ਤੋਂ 320 ਪੂਰਵ ਈਸਾਚ ਸਿਕੰਦਰ ਦੇ ਪੰਜਾਬ ਉੱਤੇ ਹਮਲੇ ਰਾਜਾ ਪੋਰਸ ਨਾਲ ਯੁੱਧ ਤੇ ਉਸ ਤੋਂ ਬਾਅਦ ਉਸ ਦਾ ਬਿਆਸ ਦਰਿਆ ਤੱਕ ਪਹੁੰਚਣਾ ਅਤੇ ਉੱਥੋਂ ਸਿਕੰਦਰ ਦੀ ਵਾਪਸੀ ਦੇ ਨਾਲ ਜਿਹੜਾ ਇਸ ਦਾ ਵਿਸ਼ਾ ਸੰਬੰਧਤ ਹੈ ਤਾਂ ਉਸ ਤੋਂ ਬਾਅਦ ਹੈ ਨਾਵਲ ਅਫਗਾਨਿਸਤਾਨ ਦੀ ਔਰਸਲਾ ਇਹ ਵੀ ਜੀਤਨਾ ਪ੍ਰਕਾਸ਼ਨ ਦੁਆਰਾ ਕੀਤਾ ਗਿਆ ਹੈ ਪ੍ਰਕਾਸ਼ਿਤ ਤਾਂ ਇਸ ਦੇ ਵਿੱਚ ਅ ਅਫਗਾਨਿਸਤਾਨ ਦੇ ਵਸਨੀਕਾਂ ਦੇ ਚਰਿੱਤਰ ਦੀ ਵਿਸ਼ੇਸ਼ਤਾ ਨੂੰ ਦਰਸਾਇਆ ਗਿਆ ਹੈ ਔਰਸਲਾ ਜਿਹੜਾ ਹੈ ਔਰਸਲਾ ਅ ਨਾਮ ਦੀ ਇੱਕ ਔਰਤ ਤੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਵਿਚਰਦੇ ਕੂਚੀ ਖਾਨਾ ਬਦੋਸ਼ਦਨ ਤਾਂ ਇਹਨਾਂ ਦੇ ਰੰਗੀਨ ਮਜ਼ਾਜ ਅਜਾਦਾਨਾ ਤਬੀਅਤ ਅਤੇ ਮਾਲਕ ਕੂਚੀ ਖਾਨਾ ਬਦੋਸ਼ਾਂ ਦੇ ਬਾਰੇ ਵਿਸਥਾਰ ਸਹਿਤ ਜਿਹੜਾ ਤੇ ਇਸ ਦੇ ਵਿੱਚ ਜਿਹੜੇ ਮੁੱਖ ਪਾਤਰ ਨੇ ਮੋਹਨ ਲਾਲ ਅਤੇ ਬਲਾਸੀ ਉਰਫ ਲਾਰੈਂਸ ਦੇ ਜਿਹੜੇ ਇਤਿਹਾਸਿਕ ਪਾਤਰ ਨੇ ਤੇ ਇਹ ਨਾਵਲ ਜਿਹੜਾ ਇਤਿਹਾਸਿਕ ਹੈ ਉਸ ਤੋਂ ਬਾਅਦ ਹੈ ਯੁੱਗ ਅੰਤ ਇਹ ਵੀ ਚੇਤਨਾ ਪ੍ਰਕਾਸ਼ਨ ਦੁਆਰਾ ਕੀਤਾ ਗਿਆ ਹੈ ਪ੍ਰਕਾਸ਼ਿਤ ਤੇ ਇਸ ਦੇ ਵਿੱਚ ਜਿਹੜਾ ਹੈ ਸਿੱਖ ਕਾਲ ਬਾਰੇ ਤੇ ਖਾਸ ਕਰਕੇ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਨੂੰ ਇਸ ਦੇ ਵਿੱਚ ਬਿਆਨ ਕੀਤਾ ਗਿਆ ਹੈ ਉਹਨਾਂ ਨਾਲ ਸੰਬੰਧਤ ਇਹ ਨਾਮਲ ਹੈ ਉਸ ਤੋਂ ਬਾਅਦ ਹੈ 1857 ਦਿੱਲੀ ਦਿੱਲੀ ਲੋਕ ਗੀਤ ਪ੍ਰਕਾਸ਼ਨ ਦੇ ਵੱਲੋਂ ਪਰੰਤੂ ਇਹ ਗਲਤ ਇੱਥੇ ਹੋ ਗਿਆ ਹੈ ਕਿਉਂਕਿ ਇਹ ਕਹਾਣੀ ਸਗਰੇ ਆ ਨਾ ਬੋਲਣੀ ਹੈਗਾ ਇਸ ਦੇ ਵਿੱਚ ਲੰਮੀਆਂ ਕਹਾਣੀਆਂ ਦਾ ਇਹ ਕਹਾਣੀ ਸਗਰੇ ਆ 1857 ਦਿੱਲੀ ਦਿੱਲੀ ਤੇ ਇਹ ਜਿਹੜੀਆਂ ਇਸ ਦੇ ਵਿੱਚ ਪੰਜ ਕਹਾਣੀਆਂ ਨੇ ਸਿੱਖ ਕਾਲ ਚ ਆਪਣੀਆਂ ਆਪਣੀਆਂ ਘਟਨਾਵਾਂ ਤੇ ਪਾਤਰਾਂ ਦੇ ਵਿਸ਼ੇ ਨੂੰ ਤਲਾਸ਼ ਕਰਦੀਆਂ ਨੇ ਬਗੇਲ ਸਿੰਘ ਮੁਗਲ ਅੰਤ ਤਾਂ ਇਸ ਤਰ੍ਹਾਂ ਦੀਆਂ ਇਸ ਦੇ ਵਿੱਚ ਕਹਾਣੀਆਂ ਸ਼ਾਮਿਲ ਹਨ ਤਾਂ ਕਾਲ ਕਥਾ ਲੋਕਗੀਤ ਪ੍ਰਕਾਸ਼ਨ ਨੂੰ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਇਹਨਾਂ ਦਾ ਨਾਵਲ ਹੈ ਉਸ ਤੋਂ ਅਗਲਾ ਨਾਵਲ ਹੈ ਲੇਟੈਸਟ ਜਿਹੜਾ 2018 ਦੇ ਵਿੱਚ ਛਪਿਆ ਸਾਦਿਕ ਸੁਲਤਾਨ ਸ਼ੇਰ ਸ਼ਾ ਸੂਰੀ ਇਹ ਵੀ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਇਸ ਤੋਂ ਅੱਗੇ ਗੱਲ ਕਰਾਂਗੇ ਯਾਤਰਾ ਸਾਹਿਤੀ ਜਿਹੜਾ ਉਹਨਾਂ ਦੇ ਜਿਹੜਾ ਹੈ ਪਹਿਲਾਂ ਹੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹ ਕਮਕੜ ਨੇ ਕਾਫੀ ਭ੍ਰਮਣ ਕਰਦੇ ਨੇ ਅ ਪਹਾੜਾਂ ਦਾ ਤਾਂ ਇਸ ਦੇ ਵਿੱਚ ਆਓ ਚੱਲੀਏ ਬਰਫ਼ਾਂ ਤੋਂ ਪਾਰ ਅਣਡਿੱਠੇ ਰਸਤੇ ਉੱਚੇ ਪਹਾੜਤ ਇੱਕ ਪਰਬਤ ਤੇ ਦੋ ਦਰਿਆ ਜੰਗਲ ਜੰਗਲ ਪਰਬਤ ਪਰਬਤ ਪਥ ਹੀ ਮੰਜ਼ਲ ਹੈ ਪਥ ਹੀ ਮੰਜ਼ਲ ਹੈ ਸਫਰਨਾਮਾ ਇਹਨਾਂ ਦਾ ਤਾਂ ਇਸ ਤੋਂ ਇਲਾਵਾ ਲਦਾਖ ਅਤੇ ਗਫਾਵਾਂ ਦਾ ਦੇਸ਼ ਤੁਸੀਂ ਵੀ ਚੱਲੋ ਮੇਰੇ ਨਾਲ ਇਹ ਯਾਤਰਾ ਜਿਹੜੇ ਹੈ ਸਸਮਾਰਨ ਨੇ ਇਹਨਾਂ ਦੇ ਤਾਂ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਯਾਤਰਾ ਸਾਹਿਤ ਇਹਨਾਂ ਦਾ ਤਾਂ ਉਸ ਤੋਂ ਇਲਾਵਾ ਕੁਝ ਅੰਗਰੇਜ਼ੀ ਦੀਆਂ ਪੁਸਤਕਾਂ ਨੇ ਇਹਨਾਂ ਦੀਆਂ ਹਿਮਾਚਲ ਅਤੇ ਐਡਵੈਂਚਰ ਇਨ ਸਨੋ ਐਡਵੈਂਚਰ ਇਨ ਮਾਊਂਟੇਨਸ ਟ੍ਰੈਕਿੰਗ ਗਾਈਡ ਟੂ ਦੀ ਇੰਡੀਅਨ ਹਿਮਾਲਿਆ ਟ੍ਰੈਕਿੰਗ ਗਾਈਡ ਟੂ ਲੇ ਦਾਦਾਖ ਇਹਨਾਂ ਦੀਆਂ ਅੰਗਰੇਜ਼ੀ ਦੀਆਂ ਪੁਸਤਕਾਂ ਨੇ ਤਾਂ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਇਸ ਨੂੰ ਸ਼ੇਅਰ ਕਰੋ ਅਤੇ ਲਾਈਕ ਕਰੋ ਕਮੈਂਟ ਕਰਕੇ ਵੀ ਜਰੂਰ ਦੱਸੋ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ